ਹੁਣ ਆਖਰੀ ਆਪਣਾ ਰੈਪਿਡ ਫਾਇਰ ਹੈ ਪਹਿਲਾ ਸਵਾਲ ਹੈ ਅਕਾਲੀ ਦਲ ਨੇ ਬੀਜੇਪੀ ਦੇ ਨਾਲ ਸਮਝੌਤਾ ਕਰਕੇ ਖੱਟਿਆ ਜਾਂ ਗਵਾਇਆ ਨਹੀਂ ਜੇ ਆਪਾਂ ਦੇਖਿਆ ਜਾਵੇ ਦੂਰਗਾਮੀ ਪੱਖ ਸਮਾਜਿਕ ਧਾਰਮਿਕ ਰਾਜਨੀਤਿਕ ਤੌਰ ਤੇ ਹੋ ਸਕਦਾ ਖੱਟ ਲਿਆ ਹੋਵੇ ਦੋ ਤਿੰਨ ਵਾਰੀ ਸਰਕਾਰ ਬਣਾ ਲਈ ਲੇਕਿਨ ਸਮਾਜਿਕ ਔਰ ਧਾਰਮਿਕ ਔਰ ਆਰਥਿਕ ਪੱਖ ਤੋਂ ਜਿਹੜਾ ਪੰਜਾਬ ਹੈ ਪੰਜਾਬ ਦੇ ਲੋਕਾਂ ਦਾ ਸਤਿਆਨਾਸ਼ ਹੋਇਆ ਜੀ ਅਕਾਲੀ ਦਲ ਤੇ ਭਾਜਪਾ ਸਮਾਜ ਪਾਰਟੀ ਦਾ ਜੇ ਗੱਠਜੋੜ ਆਉਂਦਾ ਹੈ 2022 ਦੇ ਵਿੱਚ ਸੱਤਾ ਦੇ ਵਿੱਚ ਆਉਣੇ ਹੋ ਤਾਂ ਸੀਐਮ ਕਿਹਨੂੰ ਦੇਖਣਾ ਚਾਹੁੰਦੇ ਹੋ ਸੁਖਬੀਰ ਸਿੰਘ ਬਾਦਲ ਜਸਵੀਰ ਸਿੰਘ ਗੜੀ ਪਾਰਟੀਆਂ ਦਾ ਸਮਝੌਤਾ ਆ ਭੈਣ ਕੁਮਾਰੀ ਮਾਇਆਵਤੀ ਜੀ ਦਾ ਨਿਰਦੇਸ਼ ਵਾ ਗੱਠਜੋੜ ਦੇ ਮੁੱਖ ਮੰਤਰੀ ਮਾਨਜੋਗ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹੋ ਜੀ ਤੇ ਪੰਜਾਬ ਨੂੰ ਸਭ ਤੋਂ ਵੱਧ ਕੀਨੇ ਖਾਦਾ ਹੈ ਨਸ਼ਾ ਜਾਂ ਮਾੜੇ ਸਿਆਸੀ ਲੀਡਰ ਤਾਂ ਖੂ ਪੰਜਾਬ ਨੂੰ ਸਭ ਤੋਂ ਵੱਧ ਜਿਹੜੇ ਸਿਆਸੀ ਮਾੜੇ ਲੀਡਰ ਹੈ ਇਹਨਾਂ ਨੇ ਖਾਦਾ ਕਿ ਕਿ ਸਿਆਸੀ ਮਾੜੇ ਲੀਡਰ ਸੱਤਾ ਤੇ ਕਾਬਜ ਹੁੰਦੇ ਆ ਸੱਤਾ ਦੇ ਕਾਬਜ ਤੇ ਰਣੇ ਦੇਖਣਾ ਨਸ਼ਾ ਚੱਲਣ ਦੇਣਾ ਕਿ ਨਹੀਂ ਚੱਲਣ ਦੇਣਾ ਬੇਰੋਜ਼ਗਾਰੀ ਰੱਖਣ ਦੇਣੀ ਰਹਿਣ ਦੇਣੀ ਕਿ ਨਹੀਂ ਰਹਿਣ ਦੇਣੀ ਕਰਪਸ਼ਨ ਰਹਿਣ ਦੇਣੀ ਕਿ ਨਹੀਂ ਰਹਿਣ ਦੇਣੀ ਅਸੀਂ ਇਹ ਉਸ ਗੱਲ ਦਾ ਵਾਅਦਾ ਕਰਦੇ ਆ ਕਿ ਸਾਡੀ ਹਕੂਮਤ ਚ ਕਰਪਸ਼ਨ ਬੇਰੋਜ਼ਗਾਰੀ ਔਰ ਨਸ਼ੇ 0% ਟੋਲਰੈਂਸ ਤੇ ਹੋਣਗੇ ਜੀ ਕਾਂਗਰਸ ਜੇ ਸੱਤਾ ਦੇ ਵਿੱਚ ਆਉਂਦੀ ਹੈ ਵਸ ਤਾਂ ਤੁਸੀਂ ਕਹੋਗੇ ਕਿ ਸੱਤਾ ਦੇ ਵਿੱਚ ਅਸੀਂ ਆਵਾਂਗੇ ਪਰ ਜੇ ਸੱਤਾ ਦੇ ਵਿੱਚ ਆਉਂਦੀ ਹੈ ਸੀਐਮ ਦੇ ਯੋਗ ਤੁਸੀਂ ਕਿਹਨੂੰ ਮੰਨਦੇ ਹੋ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਜਾਂ ਕੋਈ ਹੋਰ ਨੇ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਇਹਨਾਂ ਨੂੰ ਲਾਣਨਾ ਚਾਹੀਦਾ ਜੀ ਇਹਨਾਂ ਨੇ ਹਿਲ ਤੱਕ ਹਲਾਨੇ ਕਿਉਂ ਨਹੀਂ ਜੋਗ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ ਜੀ ਆਉਣਾ ਕਿ ਨਹੀਂ ਆਉਣਾ ਲੇਕਿਨ ਚਿਹਰਾ ਤਾਂ ਲਾਨਣ ਜੀ ਤਾਂ ਜਦੋਂ 4 ਮਹੀਨੇ ਦਲਤ ਚਿਹਰੇ ਦੇ ਨਾਂ ਤੇ ਕਾਂਗਰਸ ਜਿਉਂਦੀ ਹੋਣ ਦੀ ਕੋਸ਼ਿਸ਼ ਚ ਹੈ ਤੇ ਉਸੇ ਚਿਹਰੇ ਦੇ ਨਾਂ ਤੇ ਸੱਤਾ ਕਿਉਂ ਨਹੀਂ ਹਾਸਲ ਕਰ ਲੈਂਦੇ ਤਾਂ ਮੁੱਖ ਮੰਤਰੀ ਦਾ ਚਿਹਰਾ ਚਰਨਜੀਤ ਚੰਨੀ ਨੂੰ ਲਾਨਿਆ ਜਾਵੇ ਜੀ ਆਕਾਲੀ ਦਲ ਦੇ ਨਾਲ ਸਿਆਸੀ ਗੱਠ ਜੋੜ ਤੁਸੀਂ ਕੀਤਾ ਹੈਗਾ ਨੈਤਿਕ ਤੌਰ ਤੇ ਜੇ ਦੇਖੀਏ ਨਸ਼ਾ ਤਸਕਰੀ ਕੇਸ ਦੇ ਵਿੱਚ ਫਸੇ ਹੋਏ ਨੇ ਵਿਕਰਮ ਸਿੰਘ ਮਜੀਠੀਆ ਨੈਤਿਕ ਤੌਰ ਤੇ ਉਹ ਚੋਣ ਲੜਨ ਦੇ ਯੋਗ ਹੈਗੇ ਨੇ ਜਾਂ ਨਹੀਂ ਜਾਂ ਲੜਨੀ ਚਾਹੀਦੀ ਹੈ ਜਾਂ ਨਹੀਂ ਤੁਹਾਡਾ ਕੀ ਕਹ ਦੇਖੋ ਇਲੈਕਸ਼ਨ ਕਮਿਸ਼ਨ ਦਾ ਸਪਸ਼ਟ ਫਰਮਾਨ ਵਾ ਜਿਹਨੂੰ 6 ਸਾਲ ਦੀ ਸਜ਼ਾ ਹੋ ਚੁੱਕੀ ਆ ਔਰ ਜਿਹਨੂੰ 2 ਸਾਲ ਦੀ ਸਜ਼ਾ ਹੋ ਚੁੱਕੀ ਔਰ 6 ਸਾਲ ਤੋ ਜਿਆਦਾ ਸਮਾਂ ਕੱਟੀ ਨੂੰ ਹੋ ਗਿਆ ਤਾਂ ਉਹ ਇਲੈਕਸ਼ਨ ਜਿਹੜਾ ਆ ਉਹ ਲੜ ਸਕਦਾ ਨਹੀਂ ਨਹੀਂ ਲੜ ਸਕਦਾ ਹਲੇ ਮਜੀਠੀਆ ਸਾਹਿਬ ਤਾਂ ਇਦਾਂ ਦੀ ਕੋਈ ਉਹਦੇ 'ਚ ਨਹੀਂ ਫਸੇ ਹੋਏ ਜੀ ਮੁਲਜ਼ਮ ਨੇ ਸਿਰਫ ਸੋ ਰੈਪਿਡ ਫਾਇਰ ਖਤਮ ਹੈ ਅਖੀਰ ਤੇ ਅਸੀਂ ਇੱਕ ਮਿੰਟ ਸਾਨੂੰ ਦਿੰਨੇ ਆ ਕਿ ਤੁਸੀਂ ਦਰਸ਼ਕਾਂ ਨੂੰ ਆਪਣੇ ਵੱਲੋਂ ਕੋਈ ਵੀ ਕੁਝ ਵੀ ਗੱਲ ਜਿਹੜੀ ਕਹਿ ਸਕਦੇ ਹੋ ਉਹਦਾ ਖਾਲਸ ਟੀਵੀ ਦੇ ਮੰਚ ਤੋਂ ਮੇਰਾ ਅੱਜ ਦੇ ਦਿਨ ਪੂਰੇ ਬਹੁਜਨ ਸਮਾਜ ਪੰਜਾਬੀਆਂ ਨੂੰ ਇਹ ਬੇਨਤੀ ਆ ਕਿ ਅਸੀਂ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਲੜਨਾ ਚਾਹੁੰਦੇ ਆ ਪੰਜਾਬ ਦੀ ਬਣਾਈ ਹੋਈ ਸਭ ਕਾਂਸ਼ੀਰਾਮ ਜੀ ਦੀ ਪਾਰਟੀ ਆ ਜਿਹੜੀ ਪਾਰਟੀਆਂ ਕਾਂਗਰਸ ਹੈ ਦਿੱਲੀ ਤੋਂ ਚੱਲਦੀ ਆ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀ ਆ ਭਾਰਤੀ ਜਨਤਾ ਪਾਰਟੀ ਦਿੱਲੀ ਤੋਂ ਚੱਲਦੀ ਆ ਅੱਜ ਪੰਜਾਬ ਨੂੰ ਚਲਾਉਣ ਵਾਲੀਆਂ ਦੋ ਪਾਰਟੀਆਂ ਦੋਹਾਂ ਦਾ ਗੱਠਜੋੜ ਹੈ ਦੋਨੋਂ ਹੀ ਪਾਣੀ ਬਾਣੀ ਗ੍ਰੰਥ ਪੰਜਾਬ ਨੂੰ ਮੰਨਣ ਵਾਲੀਆਂ ਪਾਰਟੀਆਂ ਨੇ ਪੰਜਾਬੀਆਂ ਨੂੰ ਅਪੀਲ ਹੈ ਸਾਡਾ ਸਾਥ ਦੇਣ ਸਾਡਾ ਸਮਰਥਨ ਕਰਨ